ਰੈਡੀ ਵਿਸ਼ਵ ਸ਼ਾਂਤੀ ਅਤੇ ਦੁਨੀਆ ਵਿੱਚ ਪਰਮਾਣੂ ਜੁੱਧ ਲਈ ਖਤਰਾ ਬਣੇ ਰੂਸ-ਜੁਕਰੇਨ ਜੁੱਧ ਦੇ ਮੱਦੇਨਜ਼ਰ ਨਵੀਂ ਦਿੱਲੀ ਵਿੱਚ ਹੋਏ ਕੁਆਡ ਸਮੇਲਨ ਵੱਲੋਂ ਪਾਸ ਕੀਤਾ ਗਿਆ ਸਾਂਝਾ ਬਿਆਨ ਅੱਤਵਾਦ ਤੋਂ ਪੀੜਤ ਅਤੇ ਪਰੇਸ਼ਾਨ ਦੁਨੀਆ ਲਈ ਉਮੀਦ ਦੀ ਇੱਕ ਕਿਰਨ ਜਗਾਉਣ ਵਾਂਗ ਪ੍ਰਤੀਤ ਹੁੰਦਾ ਹੈ ਡੰਡੀ ਇਸ ਸਾਂਝੇ ਬਿਆਨ ਵਿੱਚ ਅੱਤਵਾਦ ਲਈ ਸਿੱਧੇ ਅਤੇ ਸਪਸ਼ਟ ਤੌਰ ਉੱਤੇ ਸਮਰਥਨ ਦੇਣ ਵਾਲੇ ਦੇਸ਼ਾਂ ਨੂੰ ਸਾਫ਼ ਤੌਰ ਉੱਤੇ ਚੇਤਾਵਨੀ ਦਿੰਦਿਆਂ ਅੱਤਵਾਦ ਉੱਤੇ ਲਗਾਮ ਕੱਸਣ ਲਈ ਕੁਆਡ ਵਿੱਚ ਸ਼ਾਮਲ ਦੇਸ਼ਾਂ ਉੱਤੇ ਆਧਾਰਿਤ ਅੱਤਵਾਦ ਰੋਕੂ ਇੱਕ ਕਾਰਜ ਸਮੂਹ ਬਣਾਉਣ ਦਾ ਐਲਾਨ ਵੀ ਇ타ਗਾ ਦੰਡੀ ਵਿਸ਼ਵ ਪੱਧਰ ਉੱਤੇ ਸੱਤਾ ਸੰਤੁਲਨ ਬਣਾਈ ਰੱਖਣ ਲਈ ਗਠਿਤ ਇਸ ਸੰਗਠਨ ਵਿੱਚ ਭਾਰਤ ਤੋਂ ਇਲਾਵਾ ਅਮਰੀਕਾ ਜਾਪਾਨ ਅਤੇ ਆਸਟ੍ਰੇਲੀਆ ਆਦ ਮੈਂਬਰ ਦੇਸ਼ ਹਨ ਅਤੇ ਪ੍ਰਸਤਾਵਿਤ ਸੰਮੇਲਨ ਵਿੱਚ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਆਪੋ ਆਪਣੇ ਦੇਸ਼ ਦੀ ਪਰਤੀ ਨਿਰਧਤਾ ਕੀਤੀ ਡੰਡੀ ਇਸ ਸੰਮੇਲਨ ਵਿੱਚ ਸਾਂਝਾ ਬਿਆਨ ਜਾਰੀ ਹੋਣ ਦਾ ਮਹੱਤਵ ਇਸ ਲਈ ਵੀ ਵੱਧ ਜਾਂਦਾ ਹੈ ਕਿ ਇਸ ਤੋਂ 2 ਹੀ ਦਿਨ ਪਹਿਲਾਂ ਜੀ20 ਦੇਸ਼ਾਂ ਦੇ ਸਮੂਹ ਦੇ ਵਿਦੇਸ਼ ਮੰਤਰੀਆਂ ਦਾ ਇੱਕ ਮਹੱਤਮਪੂਰਨ ਸੰਮੇਲਨ ਵੀ ਨਵੀਂ ਦਿੱਲੀ ਵਿੱਚ ਹੋਇਆ ਸੀ ਪਰ ਉਸ ਵਿੱਚ ਰੂਸ ਅਤੇ ਚੀਨ ਦੇ ਨਾਲ-ਨਾਲ ਅਮਰੀਕਾ ਜਿਹੇ ਵੱਡੇ ਸ਼ਕਤੀ ਸੰਪੰਨ ਦੇਸ਼ਾਂ ਦੇ ਅੜियल ਅਤੇ ਹੱਠੀ ਰਵੱਈਏ ਦੇ ਕਾਰਨ ਨਾ ਤਾਂ ਕੋਈ ਸਹਿਮਤੀ ਬਣ ਸਕੀ ਸੀ ਅਤੇ ਨਾ ਹੀ ਸਮੁੱਚੇ ਵਿਚਾਰ ਵਟਾਂਦਰੇ ਦੀ ਰੌਸ਼ਨੀ ਵਿੱਚ ਕੋਈ ਸਾਂਝਾ ਬਿਆਨ ਹੀ ਜਾਰੀ ਹੋ ਸਕਿਆ ਸੀ ਡੰਡੀ ਇਸ ਤੋਂ ਤੁਰੰਤ ਰੈਡੀ ਬਾਅਦ ਹੋਏ ਕੁਆਡਸ ਮਿਲਨ ਵਿੱਚ ਖਾਸ ਤੌਰ ਉੱਤੇ ਅਤਵਾਦ ਜਹੀ ਵਿਸ਼ਵ ਵਿਆਪੀ ਮੁੱਦੇ ਉੱਤੇ ਸਹਿਮਤੀ ਬਣ ਜਾਣਾ ਅਤੇ ਇੱਕ ਸਾਂਝਾ ਬਿਆਨ ਜਾਰੀ ਹੋਣਾ ਇੱਕ ਪਾਸੇ ਜਿੱਥੇ ਜੀਤਮੰਤੀ ਸੰਮੇਲਨ ਦੇ ਨੁਕਸਾਨ ਦੀ ਪੂਰਤੀ ਵਾਂਗ ਜਾਪਦਾ ਹੈ ਉੱਥੇ ਹੀ ਇਸ ਤੋਂ ਭਾਰਤ ਦੀ ਕੂਟਨੀਤੀ ਦੀ ਵੱਧਦੀ ਮਹੱਤਤਾ ਦਾ ਵੀ ਪਤਾ ਲੱਗਦਾ ਹੈ ਅਜਿਹਾ ਇਸ ਲਈ ਵੀ ਹੈ ਕਿ ਭਾਰਤ ਵਿਸ਼ਵ ਪੱਧਰ ਉੱਤੇ ਇੱਕ ਅਜਿਹਾ ਵੱਡਾ ਦੇਸ਼ ਹੈ ਜੋ ਅੱਤਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ ਦੰਡੀ ਇਹ ਵੀ ਕਿ ਭਾਰਤ ਦੇ ਦੋ ਵੱਡੇ ਗਵਾਂਡੀ ਦੇਸ਼ ਪਾਕਿਸਤਾਨ ਅਤੇ ਚੀਨ ਭਾਰਤ ਦੀ ਧਰਤੀ ਉੱਤੇ ਲਗਾਤਾਰ ਯੋਜਨਾਬੰਦ ਢੰਗ ਨਾਲ ਅੱਤਵਾਦ ਨੂੰ ਛੇ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ ਡੰਡੀ ਕੁਆਡ ਸੰਮੇਲਨ ਵਿੱਚ ਜਾਰੀ ਹੋਏ ਸਾਂਝੇ ਬਿਆਨ ਦਾ ਮਹੱਤਵ ਇਸ ਲਈ ਵੀ ਹੈ ਕਿ ਇਹ ਸੰਭਾਵਿਤ ਤੌਰ ਉੱਤੇ ਪਹਿਲੀ ਵਾਰ ਹੈ ਕਿ ਵਿਸ਼ਵ ਦੇ ਇਹ ਚਾਰ ਵੱਡੇ ਦੇਸ਼ ਅਤਵਾਦ ਜਹੀ ਵਿਸ਼ਵਵਿਆਪੀ ਸਮੱਸਿਆ ਖਿਲਾਫ ਇੱਕ ਸਾਂਝਾ ਕਾਰਜਦਲ ਬਣਾਉਣ ਉੱਤੇ ਸਹਿਮਤ ਹੋਏ ਹਨ ਡੰਡੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇਸ ਸੰਮੇਲਨ ਦੀ ਸੰਪੂਰਨਤਾ ਤੋਂ ਬਾਅਦ ਇਸ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਆਡ ਦੇ ਮੈਂਬਰ ਦੇਸ਼ ਹਿੰਦ ਮਹਾਸਾਗਰ ਦੇ ਦਾਇਰੇ ਵਿੱਚ ਅਤਵਾਦ ਦੇ ਵਿਰੋਧ ਸਮੇਤ ਹੋਰ ਕਈ ਮਾਮਲਿਆਂ ਉੱਤੇ ਨੇੜ ਭਵਿੱਖ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ ਡੰਡੀ ਸਾਲ 2022 ਵਿੱਚ ਵੀ ਆਸਟ੍ਰੇਲੀਆ ਵਿੱਚ ਹੋਏ ਕੁਆਡ ਸਮੇਲਨ ਵਿੱਚ ਇਨ੍ਹਾਂ ਮੁੱਦਿਆਂ ਉੱਤੇ ਵਿਆਪਕ ਚਰਚਾ ਹੋਈ ਸੀ ਪਰ